ਸਤਿ ਸ਼੍ਰੀ ਅਕਾਲ ਜੀ, ਉਮੀਦ ਹੈ ਸਾਰੇ ਵੀ ਠੀਕ ਠਾਕ ਹੋਣਗੇ। ਸੋ ਬਈ ਜੀ, ਫਾਈਨਲੀ ਜਿਹੜੀ ਆ ਉਹ ਡੇਟ ਜਿਹੜੀ ਆ ਉਹ ਕਨਫਰਮ ਹੋ ਗਈ ਹੈ ਵੀ ਕਵੈਤ ਦੀਆਂ ਫਲਾਈਟਾਂ ਕਦੋਂ ਚੱਲਣਗੀਆਂ। ਇਹ ਬਈ 2-3 ਦਿਨ ਹੋ ਗਏ ਜਿਹੜੀ ਆ ਨਿਊਜ਼ ਆ ਉਹ ਆ ਗਈ ਆ। ਇਹ ਬਈ 1 ਅਗਸਤ ਤੋਂ ਜਿਹੜੀਆਂ ਕਵੈਤ ਦੀਆਂ ਫਲਾਈਟਾਂ ਵਾ ਉਹ ਚੱਲਣਗੀਆਂ। ਜੇ ਤੁਹਾਡੇ ਕੋਲ ਵੈਲਿਡ ਜਿਹੜਾ ਵੀਜ਼ਾ ਹੈਗਾ ਵਾ ਤਾਂ ਤੁਸੀਂ ਕਵੈਤ ਦੇ ਵਿੱਚ ਜਿਹੜਾ ਵਾ ਐਂਟਰ ਆ ਸਕਦੇ। 1 ਤਰੀਕ ਤੋਂ ਜਿਹੜੀਆਂ ਵਾ 1 ਅਗਸਤ 2021 ਆ, ਇੱਥੋਂ ਫਲਾਈਟਾਂ ਜਿਹੜੀਆਂ ਵਾ ਉਹ ਸਟਾਰਟ ਹੋ ਜਾਣਗੀਆਂ। ਬਟ ਬਈ ਇਹਦੀ ਕੰਡੀਸ਼ਨ ਉਹੀ ਆ ਨਾ ਰੱਖੀ ਹੋਈ ਆ ਕਿ ਤੁਹਾਡੇ ਕੋਲ ਪਹਿਲੇ ਨੰਬਰ 'ਤੇ ਵੈਲਿਡ ਵੀਜ਼ਾ ਹੋਣਾ ਚਾਹੀਦਾ ਵਾ। ਉਸ ਤੋਂ ਇਲਾਵਾ ਬਈ ਤੁਹਾਡਾ ਜਿਹੜਾ ਵਾ ਕਵੈਤ ਨੇ ਜਿਹੜੀਆਂ ਅਪਰੂਵਡ ਵੈਕਸੀਨਾਂ ਕੀਤੀਆਂ ਵਾ ਨਾ 4, ਉਹਨਾਂ ਦੇ ਵਿੱਚੋਂ ਕੋਈ ਇੱਕ ਤੁਹਾਨੂੰ ਜਿਹੜੀ ਆ ਉਹ ਲੱਗੀ ਹੋਣੀ ਚਾਹੀਦੀ ਆ। ਜਿਹੜੀਆਂ ਵੈਕਸੀਨਾਂ ਹੈਗੀਆਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੈਗਾ, ਐਸਟਰਾਜੈਨਿਕਾ, ਮਡਰਨਾ ਅਤੇ ਜੌਨਸਨ ਐਂਡ ਜੌਨਸਨ ਅਤੇ ਬਈ ਜਿਹੜੀ ਹੈਗੀ ਆ ਫਾਈਜ਼ਰ। ਇਹ 4 ਵੈਕਸੀਨਾਂ ਦੇ ਵਿੱਚੋਂ ਕੋਈ ਵੀ ਤੁਹਾਨੂੰ ਜਿਹੜੀ ਵੈਕਸੀਨ ਲੱਗੀ ਆ ਅਤੇ 1 ਅਗਸਤ ਤੋਂ ਬਈ ਜਿਹੜਾ ਤੁਸੀਂ ਕਵੈਤ ਦੇ ਵਿੱਚ ਜਿਹੜਾ ਵਾ ਉਹ ਆ ਸਕਦੇ ਜੀ। ਜੌਨਸਨ ਐਂਡ ਜੌਨਸਨ ਦੀ ਜੇ ਤੁਹਾਨੂੰ 1 ਡੋਜ਼ ਵੀ ਲੱਗੀ ਆ ਫਿਰ ਵੀ ਤੁਹਾਨੂੰ ਜਿਹੜੀ ਆ ਐਂਟਰੀ ਆ ਕਵੈਤ ਦੇ ਵਿੱਚ ਮਿਲ ਜੂਗੀ। ਅਤੇ ਬਟ ਬਸ ਫਲਾਈਟਾਂ ਬਈ ਜਿਹੜੀਆਂ 1 ਅਗਸਤ ਨੂੰ ਚਾਲੂ ਹੋਣੀਆਂ ਵਾ ਇਹ ਸਿਰਫ ਉਹਨਾਂ ਵਾਸਤੇ ਹੀ ਆ ਜਿਨ੍ਹਾਂ ਨੇ ਬਈ ਆਪਣੇ ਜਿਹੜਾ ਵੈਕਸੀਨ ਆ ਲਵਾਈ ਆ, ਜਿਹੜੇ ਲੋਕ ਵੈਕਸੀਨੇਟ ਹੋ ਗਏ ਆ। ਅਤੇ ਬਹੁਤ ਸਾਰੇ ਵੀਰ ਆਪਾਂ ਨੂੰ ਪੁੱਛਦੇ ਬਈ ਫਲਾਈਟਾਂ ਕਦੋਂ ਚੱਲਣੀਆਂ ਅਤੇ ਬਈ ਕਨਫਰਮ ਨਹੀਂ ਹੋਣ ਡਿਆ। ਅਤੇ ਬਟ ਬਈ 3-4 ਦਿਨ ਹੋ ਗਏ ਨਿਊਜ਼ ਆ ਗਈ ਆ ਇਹ ਫਲਾਈਟਾਂ ਜਿਹੜੀਆਂ ਹੈਗੀਆਂ ਵਾ ਇਹ 1 ਅਗਸਤ 2021 ਤੋਂ ਜਿਹੜੀਆਂ ਵਾ ਉਹ ਸਟਾਰਟ ਹੋ ਜਾਣਗੀਆਂ। ਜੇ ਬਈ ਇੱਦਾਂ ਹੀ ਜਾਣੀ ਵੀ ਰਿਹਾ, ਬਟ ਕੇਸ ਵਗੈਰਾ ਕਾਫੀ ਵਧਣ ਲੱਗ ਗਿਆ, ਹੋ ਸਕਦਾ ਬਈ ਫਿਰ ਹੈ ਨਾ ਚੇਂਜ ਕਰ ਦੇਣ। ਬੜੇ ਵੀਰ ਪੁੱਛਦੇ ਆ ਬਈ ਜੀ, ਮਤਲਬ ਪਹਿਲਾਂ ਤੁਸੀਂ ਕਿਹਾ ਸੀ ਇਸ ਤਰੀਕ ਨੂੰ ਚੱਲਣਗੀਆਂ ਫਿਰ ਇਸ ਤਰੀਕ, ਕਿਉਂਕਿ ਬਈ ਇੱਥੇ ਜਿਹੜਾ ਵਾ ਕਾਨੂੰਨ ਇੱਥੇ ਬਈ ਬਦਲਦੇ ਰਹਿੰਦੇ ਆ, ਨਿਊਜ਼ ਕੋਈ ਨਾ ਕੋਈ ਹੈ ਨਾ ਆਉਂਦੀ ਰਹਿੰਦੀ ਕੋਈ ਨਾ ਕੋਈ ਇੱਥੇ ਕਰੋਨਾ ਦੇ ਕਰਕੇ ਹੈ ਨਾ ਬਦਲਾਵ ਹੁੰਦੇ ਰਹਿੰਦੇ ਆ, ਉਹਦੇ ਕਰਕੇ ਬਈ ਜਿਹੜਾ ਵਾ ਇਹ ਡੇਟਾਂ ਚੇਂਜ ਹੁੰਦੀਆਂ ਰਹਿੰਦੀਆਂ। ਹਜੇ 1 ਤਰੀਕ ਨੂੰ ਬਈ ਕਨਫਰਮ ਨਹੀਂ ਹੈ ਵੀ ਉੱਦਾਂ ਬਈ ਇਹਨਾਂ ਨੇ ਕਹਿਤਾ ਵੀ 1 ਤਰੀਕ ਨੂੰ ਫਲਾਈਟਾਂ ਚੱਲਣਗੀਆਂ, ਬਟ ਬਈ ਕੇਸ ਜ਼ਿਆਦਾ ਆਉਣ ਲੱਗ ਗਏ, ਹੋ ਸਕਦਾ ਬਈ ਇਹ ਡੇਟ ਹੋਰ ਵੀ ਗਾਂਹ ਪਾ ਦੇਣ। ਬਟ ਫਿਲਹਾਲ ਦੀ ਘੜੀ ਦੇ ਵਿੱਚ ਗੌਰਮੈਂਟ ਨੇ ਜਿਹੜਾ ਵਾ ਇੱਥੋਂ ਦੀ ਕਵੈਤ ਦੀ ਗੌਰਮੈਂਟ ਨੇ ਕਹਿਤਾ ਵੀ 1 ਤਰੀਕ ਨੂੰ ਫਲਾਈਟਾਂ ਚੱਲਣਗੀਆਂ। ਅਤੇ ਮੇ ਬੀ ਜੇ ਸਭ ਕੁਝ ਵਧੀਆ ਰਿਹਾ ਤਾਂ ਬਈ 1 ਤਰੀਕ ਨੂੰ ਫਲਾਈਟਾਂ ਜਿਹੜੀਆਂ ਵਾ ਉਹ ਚੱਲ ਪੈਣਗੀਆਂ। ਅਤੇ ਇਹਦੇ ਵਿੱਚ ਉਹੀ 2 ਕੰਡੀਸ਼ਨਾਂ ਮੈਂ ਤੁਹਾਨੂੰ ਦੱਸਤੀਆਂ, ਨੰਬਰ 1 ਤੇ ਤੁਹਾਡੇ ਕੋਲ ਵੈਲਿਡ ਵੀਜ਼ਾ ਹੋਣਾ ਚਾਹੀਦਾ ਵਾ, ਨੰਬਰ 2 ਤੇ ਤੁਹਾਡੇ ਜਿਹੜਾ ਵੈਕਸੀਨੇਟ ਜਿਹੜਾ ਤੁਸੀਂ ਹੋਏ ਹੋਣੇ ਚਾਹੀਦੇ, ਤੁਹਾਨੂੰ ਜਿਹੜੀ ਆ ਕਵੈਤ ਲੋਕ ਜਿਹੜੀਆਂ ਅਪਰੂਵਡ ਵੈਕਸੀਨਾਂ ਵਾ ਉਹਨਾਂ ਦੇ ਵਿੱਚੋਂ ਕੋਈ 1 ਵੈਕਸੀਨ ਜਿਹੜੀ ਆ ਉਹ ਲੱਗੀ ਹੋਣੀ ਚਾਹੀਦੀ ਹੈ। ਅਤੇ ਉਮੀਦ ਕਰਦਾ ਬਈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਵੀਡੀਓ ਵਧੀਆ ਲੱਗੀ ਤਾਂ ਬਈ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਅਤੇ ਆਪਣੇ ਚੈਨਲ ਨੂੰ ਜਿਹੜਾ ਵਾ ਸਬਸਕ੍ਰਾਈਬ ਕਰ ਲਓ ਤਾਂ ਹੀ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓ ਉਹਨਾਂ ਦੀਆਂ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ। ਸੋ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਸਾਰੇ ਵੀਰ ਨੂੰ ਸਤਿ ਸ਼੍ਰੀ ਅਕਾਲ।